ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਵਾਸਤੇ ਕੋਈ ਕੰਮ ਨਹੀਂ ਕੀਤਾ ਜੀ। ਜਿੰਨੇ ਵਾਅਦੇ ਕੀਤੇ ਸਾਰੇ ਝੂਠੇ ਸਾਬਤ ਹੋਏ। ਇਹ ਕਹਿੰਦੇ ਜੀ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦਾਂਗੇ, ਨਸ਼ੇ ਉਸੇ ਤਰ੍ਹਾਂ ਵਿਕ ਰਹੇ ਆ। ਫਿਰ ਕਹਿੰਦੇ ਅਸੀਂ ਤੁਹਾਨੂੰ ਆਪਣਾ ਕਿਸਾਨਾਂ ਦਾ 90,000 ਕਰੋੜ ਰੁਪਈਆ ਮਾਫ਼ ਕਰ ਦਾਂਗੇ। ਸਾਰਾ 4600 ਕਰੋੜ ਰੁਪਈਆ ਮਾਫ਼ ਕੀਤਾ ਹਜੇ ਤੱਕ, ਜਿਹੜਾ ਕਿ 5% ਤੋਂ ਵੀ ਘੱਟ ਹੈ। 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ 'ਤੇ ਚਾੜ ਦਿੱਤਾ। ਇਹ ਜਿਹੜੇ ਲੋਕ ਹੈ ਭਾਵੇਂ ਸਰਕਾਰ ਮੁੱਖ ਮੰਤਰੀ ਤੋਂ ਅਸਤੀਫਾ ਲੈ ਲੈਣ ਹਾਈਕਮਾਂਡ, ਲੇਕਿਨ ਬਦਲਣ ਵਾਲਾ ਕੁਛ ਨਹੀਂ ਹੈ, ਕਿਉਂਕਿ ਲੀਡਰ ਤਾਂ ਉਹੀ ਹੈ, ਉਹੀ ਆਪਣੀ ਬਿਊਰੋਕਰੇਸੀ ਹੈ, ਉਹੀ ਸਾਰਾ ਕੁਛ ਸਿਸਟਮ ਜਿਹੜਾ ਇੰਨਾ ਗੰਦਲਾ ਅਤੇ ਇੰਨਾ ਮਾੜਾ ਕਰ ਦਿੱਤਾ, ਇਨਫੈਕਟਿਵ ਕਰਤਾ। ਇਹਦੇ ਨਾਲ ਕੋਈ ਮੁੱਖ ਮੰਤਰੀ ਨਵਾਂ ਕੌਣ ਆਉਂਦਾ ਕੌਣ ਨਹੀਂ ਆਉਂਦਾ, ਲੇਕਿਨ ਫਾਇਦਾ ਜਾਂ ਫਰਕ ਕੋਈ ਪੈਣ ਵਾਲਾ ਨਹੀਂ ਹੈ। ਜੇ ਮੈਂ DC ਰਿਹਾ ਅਤੇ ਮੈਂ DC ਹੁੰਦਿਆਂ ਕੰਮ ਨਹੀਂ ਕੀਤਾ ਅਤੇ ਫਿਰ ਮੈਂ ਬਾਅਦ 'ਚ ਕੀ ਕਰ ਲਵਾਂਗਾ? ਅਤੇ ਜੇ ਮੈਂ MLA ਬਣ ਕੇ ਲੋਕਾਂ ਦਾ ਹਾਲਤ ਨਹੀਂ ਪੁੱਛੀ, ਲੋਕਾਂ 'ਚ ਵਿਚਰਿਆ ਨਹੀਂ, ਅਤੇ ਜਦੋਂ ਵੋਟਾਂ ਦਾ ਸਮਾਂ ਆਏਗਾ ਫਿਰ ਮੈਂ ਕੀ ਕਰ ਲਵਾਂਗਾ? ਤੋ ਇਸ ਕਰਕੇ ਅੱਜ ਮੁੱਖ ਮੰਤਰੀ ਇਹੋ ਜਿਹੀ ਪੁਜੀਸ਼ਨ 'ਚ ਆ ਗਏ ਆ, ਉਹਨਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਰਕੇ ਘਰ ਬਹਿ ਜਾਣਾ ਚਾਹੀਦਾ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਤੇ ਮੈਂ ਹਾਂ ਸੰਜੀਵ ਗੋਇਲ। ਜਿਵੇਂ ਹੀ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਰੱਫੜ ਪਿਆ ਹੋਇਆ ਸੀਗਾ, ਉਸ ਨੂੰ ਲੈ ਕੇ ਜਿਹੜਾ ਹੈਗਾ ਅੱਜ ਇੱਕ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈਗੀ ਆ, ਜਿਵੇਂ ਹੀ ਕਾਂਗਰਸ ਹਾਈਕਮਾਨ ਦੇ ਵੱਲੋਂ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਅਸਤੀਫਾ ਮੰਗਣ ਦੀਆਂ ਜਿਹੜੀਆਂ ਚਰਚਾਵਾਂ ਛਿੜੀਆਂ ਹੋਈਆਂ ਸੀ, ਉਹ ਅੱਜ ਸਵੇਰ ਤੋਂ ਹੀ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਸਾਡੇ ਨਾਲ ਇਸ ਉੱਪਰ ਚਰਚਾ ਕਰਨ ਦੇ ਲਈ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਜਿਹੜੇ ਸੀਨੀਅਰ ਮੀਤ ਪ੍ਰਧਾਨ SR ਲੱਦੜ, ਸੁੱਚਾ ਰਾਮ ਜੀ ਲੱਦੜ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਲੱਦੜ ਸਾਹਿਬ ਪੰਜਾਬੀ ਚੈਨਲ 'ਤੇ ਤੁਹਾਡਾ ਸਵਾਗਤ ਹੈਗਾ। ਥੈਂਕ ਯੂ, ਧੰਨਵਾਦ, ਸ਼ੁਕਰੀਆ। ਕਿਸ ਤਰ੍ਹਾਂ ਦੇਖਦੇ ਹੈਗੇ ਹੋ ਕਾਂਗਰਸ ਨੂੰ, ਕਿਵੇਂ ਦੇਖਦੇ ਹੋ? ਸਾਬਕਾ DC ਰਹਿ ਚੁੱਕੇ ਹੋ, 4 ਜ਼ਿਲ੍ਹਿਆਂ ਦੇ ਵਿੱਚ ਬਤੌਰ DC ਆਪਣੀ ਸੇਵਾਵਾਂ ਨਿਭਾ ਚੁੱਕੇ ਹੋ। ਜਦੋਂ ਕੋਈ ਸਿਆਸਤ ਜਿਹੜੀ ਲੋਕਾਂ ਦੇ ਉੱਪਰ ਭਾਰੂ ਪੈਂਦੀ ਹੈ ਤਾਂ ਉਦੋਂ ਲੋਕਾਂ ਦਾ ਨੁਕਸਾਨ ਹੁੰਦਾ, ਪਰ ਲੇਕਿਨ ਸਿਆਸਤ ਦੇ ਉੱਪਰ ਹੀ ਜੇ ਸਿਆਸਤ ਭਾਰੀ ਪੈਣ ਲੱਗ ਜੇ ਤਾਂ ਉਸ ਨੂੰ ਕਿਵੇਂ ਦੇਖਦੇ ਹੋ? ਅੱਜ ਕਾਂਗਰਸ ਦੇ ਵਿੱਚ ਜਿਹੜਾ ਰੱਫੜ ਛਿੜਿਆ ਹੋਇਆਗਾ, ਹਾਈਕਮਾਨ ਨੇ ਕਾਂਗਰਸ ਜੀ ਨੇ ਤਾਂ ਉਹਨਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਅਸਤੀਫੇ ਦੀ ਮੰਗ ਕਰ ਲਈ ਗਈ ਆ, ਕਿਵੇਂ ਦੇਖਦੇ ਹੋ ਸਾਰੇ ਮੈਟਰ ਨੂੰ? ਸੰਜੀਵ ਜੀ, ਆਪਣਾ ਜੇ ਤੁਸੀਂ ਸੱਚ ਪੁੱਛੋ ਤਾਂ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਵਾਸਤੇ ਕੋਈ ਕੰਮ ਨਹੀਂ ਕੀਤਾ। ਜਿੰਨੇ ਵਾਅਦੇ ਕੀਤੇ ਸਾਰੇ ਝੂਠੇ ਸਾਬਤ ਹੋਏ। ਇਹ ਕਹਿੰਦੇ ਜੀ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜ ਦਾਂਗੇ, ਨਸ਼ੇ ਉਸੇ ਤਰ੍ਹਾਂ ਵਿਕ ਰਹੇ ਆ। ਪਿਛਲੇ ਸਾਲ ਮਾੜੀ ਸ਼ਰਾਬ ਦੇ ਨਾਲ 127 ਬੰਦਿਆਂ ਦੀ ਮੌਤ ਹੋ ਗਈ। ਇਸ ਕੈਪਟਨ ਸਰਕਾਰ ਨੇ ਇਹ ਤੱਕ ਨਹੀਂ ਅੱਜ ਤੱਕ ਪਤਾ ਲਾਇਆ ਕਿ ਉਹ ਸ਼ਰਾਬ ਕਿੱਥੋਂ ਸਪਲਾਈ ਹੋਈ ਸੀ, ਦੋਸ਼ੀ ਕੌਣ ਸੀ। 100 ਤੋਂ ਵੱਧ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ, 150 ਲੋਕਾਂ ਦਾ ਆਪਣਾ ਕਿਡਨੀਆਂ ਡੈਮੇਜ ਹੋ ਗਈਆਂ, ਲੇਕਿਨ ਇੱਥੇ ਆਪਣਾ ਗਵਰਨੈਂਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਸਰਕਾਰ ਜਿਹੜੀ ਸੀਗੀ, ਇਹ ਚੰਗੀ ਗੱਲ ਹੈ, ਇਹ ਜੋ ਵੀ ਡਿਵੈਲਪਮੈਂਟ ਹੋਈ ਹੈ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ। ਇਹ ਇੱਕ ਆਊਟਸੋਰਸਡ ਗਵਰਨਮੈਂਟ ਸੀ, ਇਹ ਫੰਕਸ਼ਨ ਕਰ ਰਹੀ ਸੀਗੀ, ਜਿਹਦੇ ਵਾਸਤੇ ਜਿਹੜਾ ਹੈਗਾ ਮੁਖੀ ਹੈ ਸਰਕਾਰ ਦਾ, ਉਹਦੀ ਹੋਂਦ ਬਿਲਕੁਲ ਵੀ ਨਜ਼ਰ ਨਹੀਂ ਸੀ ਆ ਰਹੀ, ਉਹਦੀ ਇਫੈਕਟਿਵਨੈਸ ਜ਼ਿਆਦਾ ਜ਼ਰਾ ਨਹੀਂ ਸੀ। ਝੂਠੇ ਵਾਅਦੇ ਜਿਹੜੇ ਕਿ ਪੋਸੀਬਲ ਨਹੀਂ ਹੈਗੇ ਇੰਪਲੀਮੈਂਟ ਕਰਨ ਲਈ। ਲੋਕਾਂ ਨੂੰ ਮੂਰਖ ਬਣਾਇਆ ਗਿਆ ਕਿ ਅਸੀਂ ਤੁਹਾਨੂੰ ਘਰ ਘਰ ਰੁਜ਼ਗਾਰ ਦੇ ਦਾਂਗੇ, 4.5 ਸਾਲ ਬਾਅਦ ਨੌਕਰੀਆਂ ਕੱਢੀਆਂ ਥੋੜ੍ਹੀਆਂ ਬਹੁਤੀਆਂ। ਫਿਰ ਕਹਿੰਦੇ ਅਸੀਂ ਤੁਹਾਨੂੰ ਆਪਣਾ ਕਿਸਾਨਾਂ ਦਾ 90,000 ਕਰੋੜ ਰੁਪਈਆ ਮਾਫ਼ ਕਰ ਦਾਂਗੇ। ਸਾਰਾ 4600 ਕਰੋੜ ਰੁਪਈਆ ਮਾਫ਼ ਕੀਤਾ ਹਜੇ ਤੱਕ, ਜਿਹੜਾ ਕਿ 5% ਤੋਂ ਵੀ ਘੱਟ ਹੈ। 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ 'ਤੇ ਚਾੜ ਦਿੱਤਾ। ਜਿਹੜੇ ਲੋਕ ਆਪਣਾ, ਦੇਖੋ ਮੈਂ ਇਹ ਸਮਝਦਾ ਕਿ ਇਹ ਜਿਹੜਾ ਮੁੱਖ ਮੰਤਰੀ ਆ, ਜਿਹੜਾ ਲੀਡਰ ਹੁੰਦਾ ਉਹਦਾ ਬੜਾ ਪ੍ਰਭਾਵ ਹੁੰਦਾ। ਜੇ ਲੀਡਰ ਲੋਕਾਂ 'ਚ ਵਿਚਰੇ, ਲੋਕਾਂ ਦੀਆਂ ਤਕਲੀਫਾਂ ਬਾਰੇ ਜਾਣੇ ਔਰ ਉਹਨਾਂ ਮਸਲੇ ਦਾ ਹੱਲ ਕਰੇ, ਤਾਂ ਮੁੱਖ ਮੰਤਰੀ ਦਾ ਫਾਇਦਾ ਆ। ਇਸ ਮੁੱਖ ਮੰਤਰੀ ਨੇ ਤਾਂ ਕੀਤਾ ਹੀ ਕੁਝ ਨਹੀਂ, ਇਹ ਆਪਣਾ ਜਾਂ ਫਾਰਮ ਹਾਊਸ 'ਚ ਸੁੱਤਾ ਰਿਹਾ ਜਾਂ ਆਪਣਾ ਮਸਤੀ ਕਰਦਾ ਰਿਹਾ ਆਪਣੇ। ਸਭ ਤੋਂ ਵੱਡਾ ਸਵਾਲ ਸਰ ਇੱਥੇ ਇਹ ਖੜ੍ਹਾ ਹੁੰਦਾ ਹੈਗਾ ਕਿ 4.5 ਸਾਲ ਦਾ ਸਮਾਂ ਬੀਤ ਚੁੱਕਿਆ, ਪਰ ਹਾਈਕਮਾਨ ਅੱਖਾਂ ਬੰਦ ਕਰਕੇ ਦੇਖਦੀ ਰਹੀ ਸਾਰਾ ਕੁਛ, ਹੁਣ ਐਟ ਏ ਟਾਈਮ ਚੋਣਾਂ ਦੇ ਸਮੇਂ ਹੀ ਕਿਉਂ ਐਡਾ ਐਡਾ ਫੈਸਲਾ ਲਿੱਤਾ ਗਿਆ ਹੈਗਾ? ਦੇਖੋ ਇਹ ਆਪਣਾ ਹਾਈਕਮਾਂਡ ਨੂੰ ਵੀ ਪਤਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਗਵਰਨੈਂਸ ਨਹੀਂ ਕਰ ਰਿਹਾ, ਲੇਕਿਨ ਹਾਈਕਮਾਂਡ ਇੰਨੀ ਕਮਜ਼ੋਰ ਸੀ ਪੂਰੇ ਇੰਡੀਆ ਦੇ ਵਿੱਚ, ਉਹਨਾਂ ਦੀਆਂ ਕਿਤੇ ਇਲਾ ਪਾ ਕੇ 1-2 ਸਟੇਟਾਂ ਦੇ ਵਿੱਚ ਤਾਂ ਸਰਕਾਰ ਸੀ। ਜੇ ਆਪਣੇ 77 ਜਿਹੜੇ 77 MLA ਉਹਨਾਂ ਦੇ ਨਾਲ ਚੁਣ ਕੇ ਆਏ ਸੀ ਕਾਂਗਰਸ ਦੇ, ਪਹਿਲਾਂ ਤਾਂ ਇਹ ਸਾਰੇ ਦੇ ਸਾਰੇ MLA ਦਮ ਭਰਦੇ ਸੀ ਕਿ ਕੈਪਟਨ ਹੀ ਸਾਡਾ ਸਰਦਾਰ ਹੈ, ਹੀ ਉਹ ਮੁਖੀ ਹੈ। ਹੁਣ ਜਦੋਂ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਕਿ ਚੋਣਾਂ ਨੇੜੇ ਆ ਗਈਆਂ ਅਤੇ ਚੋਣਾਂ ਦੇ ਵਿੱਚ ਇਹ ਉਹਨਾਂ ਦੀ
किश्ती पार नहीं लगा सकता तो उन्होंने बेड़ी चो छाला मार दतिया तो हूँ वो अपना कैप अपना जो उन्होंने नवा एक कैप्टन जो चुनिया अपना नवजोत सिंह सिद्धू हो गए ये जेडे लोग है भावें सरकार मुख्यमंत्री तो अस्तीफा ले लैन हाईकमांड लेकिन बदलन वाला कुछ नहीं है क्योंकि लीडर तो उ है उ अपनी ब्यूरोक्रेसी है उ सारा कुछ सिस्टम जोड़ा इन्ना गंदला तो इन्ना माड़ा कर दिता इनफेक्टिव करता ये नाल कोई मुख्यमंत्री नवा कौन आता कौन नहीं आता लेकिन फायदा ज फर्क कोई पैन वाला नहीं है। इस फैसले को तुम किए देखते हो जोड़े लोगों के नाल कैप्टन अमरिंदर सिंह होर ने चोणों समय वादे किए थे उसका जोड़ा है मुद्दा बनया जा फिर कैप्टन अमरिंदर सिंह और वर्सेज नवजोत सिंह सिद्धू का जोड़ा मैटर चल रहा उसू लैके कार्रवाई की जा रही है। देखो अपना संजीव जी मैं समझना कि एक काम तो यह चंगा कहेंगे इनू वेलकम करना चाहिए क्योंकि कैप्टन अमरिंदर सिंह मतलब एक ना ही मुख्यमंत्री से पल कुछ नहीं उन्हें कोई लोगों का ना फायदा किया ना उन्हें कोई अपना किसी तरह का जो वादा किया वह पूरा किया ना गवर्नेंस ना की कोई चीज़ सी तो जे उन्हों ला दिता गया हाईकमांड ने तो बहुत चंगा वेलकम स्टेप है नंबर वन। नंबर टू कांग्रेस ने जिहड़ा इन्ना गंद पाया पिछले साढ़े चार साल गंद नू कौन साफ कौन करेगा उन्होंने जिहड़ा अपना गवर्नेंस ना दी चीज़ है वो आपां कितों एक्सपैक्ट करांगे ये जिहड़े मिनिस्टर सी ये तां इहदी टीम दे मैंबर सी कल्ला कैप्टन नू ब्लेम करी जाइए तो यह की करते सी किहड़े महकमे दे विच आपां कह दांगे कि बहुत चंगा काम होया। सो इस करके ये अपना कैप्टन बदल दे नाल 19-21 का फर्क पै सकता है जे बंदा कोई वधिया मिल गया तो नहीं तो ये हुण इन्हां दा जिहड़ा हैगा आ सिस्टम खराब हो गया और ये सिस्टम लोग समझ गए आ ये लोगों ने हुण इन्हां नूं कुछ भी पल्ले ना इन्होंने पल्ले पा सकना तो नाल लोग भी मन बनाई बैठे है कि कांग्रेस तो तौबा हो गई असी कांग्रेस नूं मुड़ के वोट नहीं पानी। तो दूसरे पास जे आप गल कर लिए मीटिंग हो रही है दूसरे पास शाम को 5 बजे जी मीटिंग सदी गई है उसनों किवें देखते हो और चर्चावान कितना कित यह भी निकल के सामने आ रही ने कि सुनील जाखड़ होर जोड़ा है CM का चेहरा ऐलाना जा सकता है क्योंकि सुनील जाखड़ प्रधान भी रह चुके हैं गे उस तो बाद नवजोत सिंह सिद्धू फिलहाल प्रधान है तो दोनों के विच किस चेहरे तुसी मानते हो कि अगे लिया जाएगा कि लोग जिहड़े हैगे ने इन दोनों के विचों जेकर चेहरा कोई अगे आता तो एक्सैप्ट करनी उन्होंने। देखो लोगों की तो कोई चॉइस नहीं हैगी ये हाईकमांड ने देखना हैगा कि भाई किनू असी लीडर बनाना है किनू मुख्यमंत्री बनाना है जेडे अपने सुनील जाखड़ जी है वह बड़े रिस्पैक्टेबल रहे उन्होंने विधानसभा के जदों अकालिया का राज लीडर ऑफ अपोजिशन का बहुत वधिया रोल प्ले किया अच्छे वक्ता बहुत अच्छे है कदे मंत्री नहीं रहे इस करके आपां नूं कोई नुक्स भी नज़र नहीं आता कि भाई आ पहला ये अपने जदों इनू मौका मिले तो कम नहीं किया। इस तरह जेडे अपने नवजोत सिंह सिद्धू जी है कांग्रेस पार्टी के प्रधान है उन्होंने भी अजे पंजाब दे विच किसे जा सेंटर दे विच किसे अहुदे ते काम नहीं किया कोई वजीर के तौर पर काम नहीं किया जा पंजाब सरकार दे विच जदों उन्हें थोड़े समय लिए काम किया लोकल गवर्नमेंट तो उन्होंने कोई काम उन्होंने कोई जिहड़ा आपां कह सकीए कि भी बहुत वधिया काम किया हैगा ये तो कोई नज़र नहीं आ रहा। सो किसी नूं भी मिल जाए मैं तो पहला भी अपनी बेनती कर चुका कि इन्हां दा जिहड़ा कार्यकाल है अगर भावें 4 महीने 6 महीने बाद वोटां पैनिया लेकिन राइटिंग ऑन द वॉल पढ़ लेना चाहिए कि हुण इन्हां दे हथों गेम निकल चुकी है कांग्रेस की सरकार मुड़ के नहीं आनी हो सकता कांग्रेस की सरकार कदे भी ना आवे। दूसरे पासे जिहड़े फोन ने विधायकों नूं फोन भी सूत्रां दे हवाले तों पता लगा कि किते जा रहे नेगे विधायक एक दो साढ़े भी संपर्क दे विच हैगे ने फार्म हाउस तो जिहड़ा हैगा कैप्टन अमरिंदर सिंह दे कोठी तो फोन जा रहे हैगे ने उन्हां नूं कहा जा रहा कि जिहड़ी मीटिंग है तुसीं दसो साढ़े नाल जा रहे हो जां उधर जा रहे हैगे हो इस नूं किवें देखदे हो। ये तो संजीव जी इस तरह हैगी है गल है कि हुण ये डेमोक्रेसी है तो MLA की बुकत पैनी है जिहदे नाल MLA होणगे ज़्यादा वो अपनी चॉइस का लीडर अपना प्रभाव पा सकते हैं पर कोई भी MLA हाईकमांड तो बाहर जाने की जरूरत नहीं रखता क्योंकि अगले इलेक्शन दे विच जदों जे टिकट ना मिली तो जिहड़ी हुण दी जिहड़ी उन्हां दी बगावत है जां उन्हां दी जो जो आपां पढ़िया मीडिया च हाईकमांड ने इस्तीफा मंग लिया तो हाईकमांड ही डिसाइड करेगी कि किनू आपां मुख्यमंत्री बनाना। जेकर कैप्टन अमरिंदर सिंह होरी अस्तीफा दे दिंदे ने तां कि सिर्फ वह मुख्यमंत्री दे पद तों अस्तीफा देणगे जां फिर पार्टी तों भी दे सकदे ने अस्तीफा
ਇਹ ਤਾਂ ਉਹਨਾਂ ਦੀ ਆਪਣੀ ਚੋਇਸ ਹੈ। ਨੰਬਰ 1 ਤੁਹਾਡਾ ਵੱਡਾ ਤਜਰਬਾ ਹੈਗਾ ਬਤੌਰ ਤੁਸੀਂ ਡੀਸੀ 4 ਜ਼ਿਲ੍ਹੇ ਦੇ ਵਿੱਚ ਕੰਮ ਕਰ ਚੁੱਕੇ ਹੋ ਤੁਹਾਡਾ ਵੀ ਬਹੁਤ ਵੱਡਾ ਤਜਰਬਾ ਹੈਗਾ। ਦੇਖੋ ਮੈਂ ਇਹ ਸਮਝਦਾ ਹੈਗਾ ਕਿ ਮੁੱਖ ਮੰਤਰੀ ਜੀ ਨੂੰ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ, ਲੇਕਿਨ ਜੇ ਉਹਨਾਂ ਨੇ ਖੱਜਲ ਖੁਆਰ ਕਰਨਾ ਹੋਇਆ ਪਾਰਟੀ ਨੂੰ ਤਾਂ ਉਹ ਆਪਣਾ ਭੰਗ ਵੀ ਕਰ ਸਕਦੇ ਆ। ਜਿਹੜੀ ਆਪਣੀ ਵਿਧਾਨ ਸਭਾ ਹੈ ਅਗਰ ਭੰਗ ਕਰਕੇ ਆਪਣਾ ਕਹਿ ਦਿੰਦੇ ਆ ਗਵਰਨਰ ਸਾਹਿਬ ਨੂੰ ਕਿ ਨਵੀਆਂ ਚੋਣਾਂ ਕਰਵਾਈਆਂ ਜਾਣ ਤਾਂ ਅੱਜ ਹੀ ਇਹਨਾਂ ਦਾ ਭੋਗ ਪੈ ਸਕਦਾ। ਤੋ ਇਸ ਕਰਕੇ ਮੁੱਖ ਮੰਤਰੀ ਨੇ ਆਪਣੀ ਜੇ ਲੋਇਲਟੀ ਸ਼ੋਅ ਕਰਨੀ ਆ, ਕਿਉਂਕਿ ਅੱਜ ਤੱਕ ਦੋ ਟਰਮਾਂ ਉਹਨਾਂ ਨੂੰ ਸੀ ਐੱਮ ਬਣਨ ਦਾ ਮੌਕਾ ਮਿਲਿਆ ਤਾਂ ਕਾਂਗਰਸ ਹਾਈ ਕਮਾਂਡ ਦੀ ਬਲੈਸਿੰਗ ਨਾਲ ਹੀ ਮਿਲਿਆ। ਤੋ ਅਗਰ ਇੱਕ ਆਪਣਾ ਅਸੂਲਨ ਇੱਕ ਮੋਰੈਲਿਟੀ ਪੁਆਇੰਟ ਆਫ ਵਿਊ ਤੋਂ, ਕਿਉਂਕਿ ਇਹਨਾਂ ਦੀ ਆਪਣੀ ਸਰਕਾਰ ਨਹੀਂ ਹੈ ਕਿ ਬਈ ਮੁੱਖ ਮੰਤਰੀ ਕੋਈ ਰੀਜਨਲ ਪਾਰਟੀ ਦਾ ਮੁਖੀ ਨਹੀਂ ਹੈ, ਇਹ ਕਾਂਗਰਸ ਦਾ ਲੈਜਿਸਲੇਚਰ ਦਾ ਮੁਖੀ ਹੈ, ਕਾਂਗਰਸ ਪਾਰਟੀ ਦੇ MLA ਦਾ ਮੁਖੀ ਹੈ। ਸੋ ਜੋ ਵੀ ਉਹਨਾਂ ਦੀ ਤਾਕਤ ਸੀ ਉਹ ਹਾਈ ਕਮਾਂਡ ਕਰਕੇ ਸੀ। ਜੇ ਅੱਜ ਉਹਨਾਂ ਨੂੰ ਹਾਈ ਕਮਾਂਡ ਨੇ ਵੀ ਅੱਜ ਦੇਖਿਆ ਹੈਗਾ ਕਿ ਹੁਣ ਨਵਾਂ ਇਹ ਇਸ ਤਰ੍ਹਾਂ ਦਾ ਕੁਛ ਕਰ ਨਹੀਂ ਸਕਦਾ, ਬਗਾਵਤ ਨਹੀਂ ਕਰ ਸਕਦਾ, MLA ਉਹਨਾਂ ਨੇ ਪੁੱਛ ਲਿਆ, ਉਹਨਾਂ ਦੇ ਨਾਲ ਆ ਗਏ, ਉਹਨਾਂ ਦੇ ਖਿਲਾਫ CM ਦੇ ਹੋ ਗਏ ਆ, ਤਾਂ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਹਾਈ ਕਮਾਂਡ ਵੀ ਆਪਣੀ ਜ਼ੁਰਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਇਹ 4.5 ਸਾਲ ਪਹਿਲਾਂ ਉਹਨਾਂ ਨੂੰ ਵੀ ਪਤਾ ਸੀਗਾ ਕਿ ਮੁੱਖ ਮੰਤਰੀ ਕੁਛ ਨਹੀਂ ਕਰ ਰਿਹਾ, ਲੇਕਿਨ ਉਹ ਪਹਿਲਾਂ ਭਿੱਗੀ ਬਿੱਲੀ ਬਣ ਕੇ ਬੈਠੇ ਰਹੇ। ਪਹਿਲਾਂ ਕਿਉਂ ਨਹੀਂ ਉਹਨਾਂ ਨੇ ਆਪਣੀ ਇਹ ਤਾਕਤ ਦਿਖਾਈ ਕਿ ਅਸਤੀਫਾ ਦਿਓ? ਪਹਿਲਾਂ ਬਹੁਤ ਵਧੀਆ ਕੰਮ ਕੀਤਾ ਉਹਨੇ, ਪਹਿਲਾਂ ਕਿਉਂ ਨਹੀਂ ਅਸਤੀਫਾ ਮੰਗਿਆ? ਸੋ ਇਸ ਕਰਕੇ ਸੰਜੀਵ ਜੀ ਇਹ ਜਿਹੜਾ ਆਪਣਾ ਸਿਸਟਮ ਹੈ, ਕਿਉਂਕਿ ਬਰੂਟ ਮਜ਼ੋਰਿਟੀ ਸੀ ਕਾਂਗਰਸ ਕੋਲ, ਜਿਹੜੇ ਮੰਤਰੀ ਸੀ ਉਹ ਮੌਜਾਂ ਕਰਦੇ ਰਹੇ, ਉਹਨਾਂ ਨੇ ਹੁਣ ਕਹਿੰਦੇ ਜੀ ਅਸੀਂ ਇਹਦੀ ਕਮਾਂਡ ਥੱਲੇ ਨਹੀਂ ਲੜਨਾ ਇਲੈਕਸ਼ਨ। ਬਈ ਪਹਿਲਾਂ ਕਿਉਂ ਨਹੀਂ ਕਿਹਾ ਕਿ ਨਹੀਂ ਲੜਨਾ? ਪਹਿਲਾਂ ਇਹਦਾ ਜੇ ਆਪਾਂ ਸਿੱਧੇ ਤੌਰ 'ਤੇ ਦੇਖ ਲਈਏ, ਹਾਈ ਕਮਾਂਡ ਨੂੰ ਇਸ ਫੈਸਲੇ ਦਾ ਨੁਕਸਾਨ ਹੋਏਗਾ ਜਾਂ ਫਾਇਦਾ ਹੋਵੇਗਾ? ਦੂਸਰੇ ਪਾਸੇ ਜੇ ਆਪਾਂ BJP ਦੀ ਗੱਲ ਕਰ ਲਈਏ, ਕਿ ਕਾਂਗਰਸ ਦੇ ਹਾਈ ਕਮਾਂਡ ਦੇ ਇਸ ਫੈਸਲੇ ਨਾਲ BJP ਫਾਇਦਾ ਚੁੱਕ ਸਕਦੀ ਹੈ? ਦੇਖੋ ਪੰਜਾਬ ਦੇ ਹਾਲਾਤ ਅੱਜ ਕੱਲ੍ਹ ਇਹੋ ਜਿਹੇ ਹੋ ਚੁੱਕੇ ਆ ਕਿ ਲੱਗਦਾ ਨਹੀਂ ਹੈ ਕਿ ਕਿਸਾਨੀ ਅੰਦੋਲਨ ਜਿਹੜਾ ਹੈਗਾ ਉਹਦੀ ਵਜ੍ਹਾ ਕਰਕੇ BJP ਦਾ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋਇਆ। ਲੇਕਿਨ BJP ਨੂੰ ਇਨਡਾਇਰੈਕਟਲੀ ਇਹ ਫਾਇਦਾ ਹੋਏਗਾ ਕਿ ਇੱਕ ਬਹੁਤ ਵੱਡੀ ਪਾਰਟੀ, ਰੂਲਿੰਗ ਪਾਰਟੀ, ਉਹ ਅਗਰ ਹਟਦੀ ਹੈ, ਪਰ BJP ਤਾਂ ਇਹੀ ਕਰ ਰਹੀ ਹੈ। ਉਹਨਾਂ ਨੇ ਆਪਣੇ ਉੱਤਰਾਖੰਡ, ਗੁਜਰਾਤ 'ਚ ਮੁੱਖ ਮੰਤਰੀ ਬਦਲੇ ਆ ਜਿਹੜੇ ਇਨਫੈਕਟਿਵ ਸੀ, ਜਿਨ੍ਹਾਂ ਨੇ ਕੰਮ ਨਹੀਂ ਕੀਤਾ। ਉਹਨਾਂ ਨੂੰ ਵੀ ਇਲੈਕਸ਼ਨ ਦੇ ਵਿੱਚ ਆਪਣਾ ਇਸ ਗੱਲ ਦਾ ਡਰ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੂਜ਼ ਕਰ ਜਾਵਾਂਗੇ। ਤੋ ਇਸ ਕਰਕੇ ਪੰਜਾਬ ਦੀ ਹਾਈ ਕਮਾਂਡ ਨੇ ਵੀ ਇਹ ਮਹਿਸੂਸ ਕੀਤਾ ਆ, ਜਿਹੜੀ ਪੰਜਾਬ ਦੇ ਕਾਂਗਰਸ ਦੀ ਹਾਈ ਕਮਾਂਡ ਦਿੱਲੀ ਬੈਠੀ ਆ, ਕਿ ਵੀ ਇਹ MLA ਇਸ ਮੁੱਖ ਮੰਤਰੀ ਥੱਲੇ ਅਗਰ ਇਲੈਕਸ਼ਨ ਲੜਾਂਗੇ ਤਾਂ ਪਾਰਟੀ ਲੂਜ਼ ਕਰੇਗੀ। ਮੈਂ ਇਹ ਸਮਝਦਾ ਹਾਂ ਕਿ ਪਾਰਟੀ ਚਾਹੇ ਤੁਸੀਂ ਬਦਲ ਲਓ ਮੁੱਖ ਮੰਤਰੀ, ਚਾਹੇ ਨਾ ਬਦਲੋ, ਜਿਹੜੀ ਲੌਸ ਹੈ ਹੋ ਚੁੱਕੀ ਹੈ। ਕਾਂਗਰਸ ਦਾ ਸਰ ਲੌਸ ਹੋ ਚੁੱਕਿਆ ਆਪਾਂ ਮੰਨ ਲਿਆ, ਲੋਕ ਵੀ ਕਹਿ ਰਹੇ ਨੇ ਕਿ ਲੌਸ ਹੋਏਗਾ ਕਾਂਗਰਸ ਨੂੰ, ਪਰ ਲੇਕਿਨ ਇੱਥੇ ਗੱਲ BJP ਦੀ ਹੈ, BJP ਇਸਦਾ ਲਾਹਾ ਲੈ ਸਕਦੀ ਹੈ? BJP ਦਾ ਲਾਹਾ ਲੈਣ ਦੀ ਕੋਈ ਸੰਭਾਵਨਾ ਨਹੀਂ ਹੈ। ਜੇ ਮੁੱਖ ਮੰਤਰੀ ਜਾ ਕੇ ਮੰਨ ਲਓ BJP ਨੂੰ ਜੁਆਇਨ ਕਰ ਲੈਂਦਾ ਆ ਤਾਂ ਇਟ ਮੇ ਬੀ ਅ ਬਿਗ ਗੇਨ, ਮੋਰਲ ਗੇਨ ਹੋ ਜਾਏਗਾ ਕਿ ਬਈ ਮੈਂ ਇੱਧਰ ਕਾਂਗਰਸ ਨੇ ਮੈਨੂੰ CM ਤੋਂ ਲਾਹਤਾ ਅਤੇ ਮੈਂ BJP ਜੁਆਇਨ ਕਰ ਲਈ ਹੈ, ਜਿਹੜੀਆਂ ਕਿ ਪਹਿਲਾਂ ਵੀ ਲੋਕ ਦਬੀ ਸੁਰ ਦੇ ਵਿੱਚ ਇਹੀ ਕਹਿੰਦੇ ਸੀ ਕਿ ਇਹ BJP ਦਾ ਸਿਪਾਹੀ ਹੈ। ਇਹ BJP ਦੇ ਮੁਤਾਬਕ ਕਿਸਾਨ ਅੰਦੋਲਨ ਵਾਲੇ ਲੋਕ ਵੀ ਕਹਿੰਦੇ ਸੀ ਕਿ ਜੀ ਇਹ BJP ਦੀ ਬੋਲੀ ਬੋਲਦਾ। ਇੱਕ ਵਾਰੀ ਵੀ ਮੁੱਖ ਮੰਤਰੀ ਸਰਦਾਰ ਅਮਰਿੰਦਰ ਸਿੰਘ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਨਹੀਂ ਮਿਲਿਆ, ਪਰਸੋਂ ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਵੀ ਕਿਸਾਨ ਉਰੇ ਪੰਜਾਬ 'ਚ ਅੰਦੋਲਨ ਨਾ ਕਰਨ, ਦਿੱਲੀ ਕਰਨ। ਲੇਕਿਨ ਪਹਿਲਾਂ 10 ਮਹੀਨੇ ਕਿੱਥੇ ਸੁੱਤਾ ਰਿਹਾ ਕਿ ਨੀਂਦ ਨਹੀਂ ਸੀ ਖੁੱਲ੍ਹੀ? ਕਿਉਂ ਨਹੀਂ ਜਾ ਕੇ ਆਇਆ ਪ੍ਰਾਈਮ ਮਿਨਿਸਟਰ ਕੋਲ ਕਿ ਮੇਰੇ ਪੰਜਾਬ ਦੇ ਕਿਸਾਨ ਬਹੁਤ ਦੁਖੀ ਹੈ, ਤੁਸੀਂ ਇਹਨਾਂ ਦੀ ਗੱਲ ਮੰਨ ਲਓ, ਤੁਸੀਂ ਇਹਨਾਂ ਦੇ ਕਿਸਾਨੀ ਕਾਨੂੰਨ ਰੱਦ ਕਰੋ? ਉਦੋਂ ਤਾਂ ਕਿਤੇ ਨਹੀਂ ਕਿਹਾ। ਮੇਰੇ ਵਰਗੇ ਬੰਦੇ 10 ਵਾਰੀ ਕਦੇ ਸਿੰਘੂ ਬਾਰਡਰ ਜਾ, ਕਦੇ ਟਿਕਰੀ ਬਾਰਡਰ ਜਾ, ਕਦੇ ਆਪਣੇ ਲਾਹ ਭਵਨ ਦੇ ਵਿੱਚ ਸੈਮੀਨਾਰ ਕਰੋ, ਸੜਕਾਂ 'ਤੇ ਖੜ੍ਹ ਕੇ ਲੋਕਾਂ ਨੂੰ ਅਸੀਂ ਪ੍ਰੋਟੈਸਟ ਔਰਗੇਨਾਈਜ਼ ਕਰਦੇ ਰਹੇ ਹਾਂ। ਤੁਹਾਡਾ ਤਜਰਬਾ ਕੀ ਕਹਿੰਦਾ ਹੈਗਾ, BJP ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਾ ਸਕਦੇ ਨੇ? ਦੇਖੋ ਆਪਣਾ ਜਿਸ ਤਰ੍ਹਾਂ ਦੀ ਹਿਊਮੀਲੇਸ਼ਨ ਆਪਣਾ ਅਮਰਿੰਦਰ ਸਿੰਘ ਨੂੰ ਅੱਜ ਫੇਸ ਕਰਨੀ ਪੈ ਰਹੀ ਹੈ ਤਾਂ ਜਿਹੜਾ ਦੁਖੀ ਆਤਮਾ ਆ ਉਹ ਕੁਛ ਵੀ ਸੋਚ ਸਕਦੀ ਹੈ। ਮੈਂ ਇਹਨੂੰ ਰੂਲ ਆਊਟ ਨਹੀਂ ਕਰਾਂਗਾ, ਕਿਉਂਕਿ ਪਹਿਲਾਂ ਵੀ ਇੱਕ ਵਾਰੀ ਆਪਣਾ ਮੁੱਖ ਮੰਤਰੀ ਜੀ ਸਾਡੇ ਅਕਾਲੀ ਦਲ ਚਲੇ ਗਏ ਸੀ, ਫਿਰ ਕਾਂਗਰਸ 'ਚ ਆ ਗਏ, ਅਤੇ BJP ਦੇ ਵਿੱਚ ਜੇ ਜਾਣਗੇ ਤਾਂ ਕੋਈ ਜ਼ਿਆਦਾ ਮੈਂ ਸਰਪ੍ਰਾਈਜ਼ ਨਹੀਂ ਹੋਏਗਾ। ਜੇ BJP ਦੇ ਵਿੱਚ ਜਾਂਦੇ ਨੇ ਤਾਂ ਜਿਹੜੇ ਪੰਜਾਬ ਦੇ ਲੋਕ ਹੈਗੇ ਨੇ ਉਹ ਵਿਰੋਧ ਕਰਨ ਦੇ ਲਈ ਉਤਰਨਗੇ? ਕਿਤੇ ਹਰਜੀਤ ਸਿੰਘ ਗਰੇਵਾਲ ਹੋਰਾਂ ਵਾਲਾ ਹਾਲ ਨਾ ਹੋ ਜਾਵੇ ਫਿਰ ਕੈਪਟਨ ਸਾਹਿਬ? ਦੇਖੋ ਮੈਂ ਇਹ ਸਮਝਦਾ ਹੈਗਾ ਕਿ ਆਪਣਾ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰੇਸ ਦੇ ਨਾਲ, ਵਿਦ ਗ੍ਰੇਸ, ਆਪਣਾ ਪੋਲੀਟਿਕਸ ਤੋਂ ਬਾਹਰ ਹੋ ਜਾਣਾ ਚਾਹੀਦਾ।
उन्हें अपना खूब इंजॉय कर लिया, मुख्यमंत्री रह लिया, लोगों का जो भी उन्हें अपनी मन की इच्छा से पूरी कर ली। जे हुण वह बीजेपी जाते हैं जां कोई होर नवी पार्टी बनाते हैं जां कोई होर स्टैप लेंदे है, ना तो उन्हां दी सेहत इजाजत दिंदी है ना उन्हां दे नाल लोक रहे आ। जदों उन्हां नूं मौका मिलिया जे मैं डीसी रहा तो मैं डीसी हुंदिया काम नहीं किया तो फिर मैं बाद च की कर लाँगा, तो जे मैं MLA बन के लोगों का हालत नहीं पूछी लोगों विचरिया नहीं तो जो वोटों का समा आएगा फिर मैं की कर लाँगा। तो इस करके अज मुख्यमंत्री यहोजी पोजिशन आ गए आ, उन्हां नूं हाथ जोड़ के सत श्रीकाल करके घर बह जाना चाहिए। लास्ट सवाल है सर, लोगों नूं इस फैसले का कोई फायदा होएगा, बेनीफिट मिलेगा लोगों नूं, कोई नवा चेहरा मुख्यमंत्री का मिलेगा उन्होंने, क्योंकि पहला आम आदमी पार्टी के भी इसे मुख्यमंत्री के चेहरे लैके रफड़ पाया होगा, लोगों ने पार्टी को स्टैंड किया पर लेकिन पार्टी अज खेरू खेरू होने के किनारे पर हैगी, उही सेम पोजिशन जी है कांग्रेस के भी देखने। संजीव जी जी तुम गल की है कि इनू अपना BJP जा सकता जो किसी होर पार्टी जा सकता, मैं समझदा हैगा आ कि अपना जिहड़ी आम आदमी पार्टी है उन्होंने पहला नवजोत सिंह सिद्धू नूं मुख्यमंत्री का चेहरा लानण की कोशिश की, फिर उन्होंने अपना जिहड़ा हैगा आ एक SP ओबराए है दुबई बेस्ड बिजनेसमैन है उहदे नाल भी गल की, उन्होंने राजेवाल का भी नाँ चलता रह गया आम आदमी पार्टी का ये मुख्यमंत्री का चेहरा बनगा, लेकिन उन्होंने कामयाब नहीं हुए। अज जे आम आदमी पार्टी मान लो अमरिंदर सिंह नूं CM का चेहरा बनाती है तो एक हारे हुए सिपाही का किसी का भी वो तो आप जिन्ना माड़ा मोटा उन्हों का क्रैडिट है वह भी खत्म हो जाएगा, लेकिन जे BJP वाले तुसी गल करते हो कि BJP जा सकते हैं तो मैं समझता हैगा कि वो इन्ने मूर्ख नहीं है, एक सेंटर गवर्नमेंट चला रही हैगी है उन्हां दी पार्टी सरकार, उन्हां दा बड़ा एक हाई थिंक टैंक है दूजी बारी पावर च आए है, वो इन्ने मूर्ख नहीं हो सकते कि एक हारे हुए सिपाही नूं लिया के पंजाब का मुखी बना लैण अपने ते, यह संभव नहीं लगता मैनूं। जिहड़ा कैप्टन है कैप्टन वो एक तो उन्होंने नाँ के नाल कैप्टन लग्या, एक आप कहने कि टीम का कैप्टन है, जिहड़ा टीम का कैप्टन है वह बुढ़ा भी है कमज़ोर भी है लाचार भी है डिसक्रैडिटेड है, उहदी कमांड थले अगर ये कांग्रेस लड़दी तो इन्हों का जितने की कोई भी संभावना नहीं सी, लेकिन हालात 4.5 साल जिन्होंने इन्ने माड़े किए पंजाब के कि कैप्टन बदलने भी कोई फर्क नहीं पैगा, जिन्या इन्होंने पॉलिसियां गलत हुण तक लागू कीतियां वो पॉलिसियां की वो सारे डिसीजन जिन्हां दे सिर ते कांग्रेस पावर चाही सी कि वो लागू कर पाएगा नवा कप्तान, कि अपना 80,000-90,000 करोड़ किसानों का कर्जा माफ़ कर देगा, कि अपना नशियां दा लक तोड़ देगा, कि घर घर रुजगार दे पाएगा, कि अपना हर नौजवान नूं स्मार्टफोन दे पाएगा, 3 लाख करोड़ का पंजाब के उत्ते कर्जा है कि वह लाभ पाएगा, ये सारिया गलों का जवाब जे किसी नवे कप्तान को है तो लोग उन्होंने सिर पर चुक लेंगे, लेकिन ये असंभव है, ये नहीं संभव हैगा कि कितों पैसे कितों आएंगे। सो इस करके चाहे कप्तान नवा लो चाहे पहला रख लो, कांग्रेस की जिहड़ी बेड़ी है ये डुब चुकी है, सिर्फ हमें नज़र आ रही है कि जो माड़ी मोटी तर रही है लेकिन डुब चुकी है। सो बहुत बहुत धन्यवाद, ये सन SR लद्दड़ सुचा राम जी लद्दड़ जो बतौर DC 4 जिले के अपनी सेवा निभा चुके ने, हुण कांग्रेस के उपर जिहड़ी चर्चा की हैगी आ इन्होंने अपना तजर्बा दस्सिया कि कैप्टन अमरिंदर सिंह जिहड़े हैगे ने जेकर अस्तीफा देंदे ने वो तां कल्ला मुख्यमंत्री दे पद तो ही नहीं पार्टी तो भी अस्तीफा दे सकते ने, और इत्थे ही गल नहीं रुकती तो कैप्टन अमरिंदर सिंह जिहड़े हैगे ने BJP दे विच भी कितें ना कितें शामिल हो सकते ने, तो तुसीं अंदाजा लगा सकते हो कि जेकर कैप्टन अमरिंदर सिंह होरी BJP दे विच शामिल हुंदे ने तां लोग ने जिहड़े उन्हां नूं किन्ना क प्यार देंदे ने सत्कार देंदे ने, जां फिर BJP दे लीडर हरजीत सिंह गरेवाल होरां वर्गा हाल जिहड़ा हैगा वह कैप्टन अमरिंदर सिंह नाल भी पंजाब दे लोग करनगे, ये सारी गल्लबात देखण वाली होगी। पर लेकिन अहम चोणां दे समें दे उपर कांग्रेस हाईकमान ने जो एक वड्डा फैसला लिया हैगा यह लोगों के कितना कितने इंट्रस्टिंग गल जरूर बनी हुई है, नज़र सब दियाँ इस गलते बनिया हुई ने कि कांग्रेस जेकर अस्तीफा जिहड़ा हैगा स्वीकार करती है कैप्टन साहब का तो उस तो बाद मुख्यमंत्री का नवा चेहरा जिहड़ा हैगा किसे नूं ऐलान देने, इस सब के उपर जिहड़ी चर्चा वो अगे भी जारी रहेगी। पंजाबी लोक चैनल के लिए संजीव गोयल संगरूर।